ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਪ੍ਰੀਤ ਔ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਗੁਰਮੁਖੀ ਪ੍ਰੀਤ ਨਹਿਰਾ ਬਸ ਇੱਕ ਨਿੱਕੀ ਕਣੀ ਪ੍ਰੀਤ ਦੀ ਜਦਾਨ ਵਸੇ ਤਾਂ ਉਹ ਧਨਪਾਗਾ ਸਿੰਘ ਹੋਇਆ ਉਹ ਸੁਹਾਗਣ ਸਿੰਘੜੀ ਹੋਇ ਕਿਨ ਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ ਇਹਨਾਂ ਪ੍ਰੀਤ ਵਾਲਿਆਂ ਦੇ ਗੁਰਮੁਖੀ ਜੀਵਨ ਮਨੁੱਖ ਮਨ ਨੂੰ ਸਿੱਧਾ ਕਰਦੇ ਹਨ ਮਨੁੱਖ ਬੁੱਧੀ ਨੂੰ ਨਿਰੋਲ ਤੇ ਨਿਰਮਲ ਤੇ ਨਿਰਛਲ ਬਣਾਉਂਦੇ ਹਨ ਸੰਸਾਰ ਵਿੱਚ ਅਰਸ਼ੀ ਚੀਜ਼ਾਂ ਦਾ ਵਾਅਦਾ ਕਰਦੇ ਹਨ ਅਰਸ਼ੀ ਅਕਲਾਂ ਅਰਸ਼ੀ ਸ਼ਕਲਾਂ ਅਰਸ਼ੀ ਦਿਲ ਅਰਸ਼ੀ ਦਿਮਾਗ ਲੈ ਆਉਂਦੇ ਹਨ ਇਹ ਗੁਰਮੁਖੀ ਜੀਵਨ ਉਹ ਨਹਿਰਾ ਹਨ ਜਿਨ੍ਹਾਂ ਵਿੱਚ ਪ੍ਰੀਤ ਜਲ ਅਰਸ਼ਾਂ થી ਵਗਦਾ ਹੈ ਤੇ ਪ੍ਰੀਤ ਬੂਟੀਆਂ ਮੁਸਕਾਨ ਮਚਾਉਂਦੀਆਂ ਹਨ ਵਾਹਿਗੁਰੂ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਸਤਗੁਰ ਲਾਈ ਹੋ ਆਬ ਹਯਾਤ ਦਾ ਪਾਣੀ ਮਿਲਿਆ ਨਹਿਰ ਅਰਸ਼ ਤੋਂ ਆਈ ਹੋ ਅੰਦਰ ਬੂਟੀ ਮੁਸਕ ਮਚਾਇਆ ਜਦ ਫੁੱਲਣ ਤੇ ਆਈ ਹੋ ਜੁਗ ਜੁਗ ਜੀਵੇ ਸਤਗੁਰ ਪਿਆਰਾ ਜਿਨ ਇਹ ਬੂਟੀ ਲਾਈ ਹੋ हां जी गुरमुख ਲੋਕ ਇਲਾਹੀ ਸਾਈ ਫਕੀਰ ਲੋਕ ਹਨ ਸਤਿਗੁਰੂ ਨਾਨਕ ਗੋਬਿੰਦ ਸਿੰਘ ਜੀ ਦੇ ਰਾਜ yogi ਹਨ हां जी ਇਹ ਉਹ ਸੱਚੇ ਸਹਿ ਜੋਗੀ ਹਨ ਇਹ ਗੁਰਮੁਖ ਸੰਤ ਸਤਿਗੁਰੂ ਨਾਨਕ ਗੋਬਿੰਦ ਸਿੰਘ ਜੀ ਦੇ ਨਵੇਂ ਵਿਹੰਗਮੀ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ ਅੰਧਨ ਰਹੇ ਆਨੰਦ ਨਾਨਕ ਸੈਜ ਸਮਾਈਐ ਗ੍ਰਸਥ ਵਿੱਚ ਅਤੀਤ ਲੋਕ ਹਨ ਇਹ ਗੁਰਮੁਖ ਸੰਤ ਸਤਿਗੁਰੂ ਨਾਨਕ ਗੋਬਿੰਦ ਸਿੰਘ ਜੀ ਦੇ ਨਵੇਂ ਖਾਲਸਾ ਪੰਥ ਦੇ ਦਰਸਾਣ ਵਾਲੇ ਹਨ ਇਹ ਉਹ ਚੀਜ਼ਾਂ ਹਨ ਜਿਨ੍ਹਾਂ ਵਾਸਤੇ ਲੋਕੀ ਸਦੀਆਂ ਭਰ ਤਰਸਦੇ ਰਹੇ ਇਹ ਉਹ ਲੋਕ ਹਨ ਜਿਨ੍ਹਾਂ ਦੇ ਬਣਨ ਵਾਸਤੇ ਇਤਨਾ ਚਿਰ ਲੱਗਾ ਕੌਮਾਂ ਦੀਆਂ ਕੌਮਾਂ ਪਨ ਪਨ ਫਿਰ ਬਣਾਈਆਂ মত ਮਤਾੰਤਰ ਫੈਲੇ دین ਦੁਨੀ ਦੇ ਅਨੇਕ ਰਸਤੇ ਰਿਵਾਜ ਚੱਲੇ ਇਹ ਉਹ ਲੋਕੀ ਹਨ ਜਿਨ੍ਹਾਂ ਦੇ ਦਰਸ਼ਨਾਂ ਵਾਸਤੇ ਪ੍ਰithvi ਇਤਨਾ ਚਿਰ ਸਹਿਕਦੇ ਰਹੀ ਤਾਰੇ ਬਣ ਗਏ ਸਨ ਸੂਰਜ ਬਣ ਗਏ ਸਨ ਪ੍ਰithvi ਬਣ ਗਈ ਸੀ ਘਾਓ ਪਏ ਸਨ ਬੇਲ ਬੂਟੇ ਫਲ ਫੁੱਲ ਸਭ ਲੱਗ ਪਏ ਸਨ ਬੰਦਰ ਤੇ ਜਾਨਵਰ ਬਣ ਚੁਕੇ ਹੌਲੇ ਹੌਲੇ ਆਦਮੀ ਦੀ ਦੇ ਕੁਦਰਤ ਕਢਣ ਲੱਗੀ ਕਈ ਵਾਰੀ ਕੜਕੜ ਬਣਾਈ ਤੇ ਫਿਰ ਕਈ ਪ੍ਰਕਾਰ ਦੀ ਬਣਾਈ ਮਨੁੱਖ ਦੇ ਬਣ ਚੁੱਕੀ ਸੀ ਤੇ ਫਿਰ ਇਸ ਦੇ ਨੇ ਕਈ ਦੁਖੜੇ ਸਹਾਰੇ ਮੌਤ ਦੇ ਨਜ਼ਾਰੇਾਂ ਥੀ ਜਨਮ ਜਨਮਾਂ ਤਰ੍ਹਾਂ ਹਾਰੀ ਫਿਰੀ ਵੈਰਾਗ ਤਿਆਗ ਦੇ ਕੂੜੇ ਉਪਾਵਾਂ ਦੇ ਪਿੱਛੇ ਭਜਦੀ ਰਹੀ ਇਨਾ ਕਾਲਾਂ ਪਿੱਛੋਂ ਸਤਿਗੁਰੂ ਨਾਨਕ ਜੀ ਆਏ ਤੇ ਉਹਨਾਂ ਵੀ ਕਈ ਕਾਲਾਂ ਕਾਲ ਗੁਰਮੁਖ ਜੀਵਨ ਤਿਆਰ ਕੀਤਾ ਹਾਂਜੀ ਉਹ ਦੇਹ ਉਹ ਅਮੋਲਕ ਮਨੁੱਖਾ ਦੇ ਜਿਸ ਨੂੰ ਪੁਰਾਤਨ ਦੀਆਂ ਕਈ ਪਰਿਵਰਤਨ ਹੋਣ ਵਾਲੀਆਂ ਸਭਿਆਤਾਵਾਂ ਨੇ ਰੂੜੀ ਉੱਪਰ ਸੁੱਟ ਪਾਇਆ ਸੀ ਉਸ ਨੂੰ ਸਨਮਾਨ ਇਹ ਉਹ ਮਨੁੱਖਾ ਦੇ ਜਿਹੜੀ ਮੌਤ ਦੇ ਡਰ ਨਾਲ ਮੌਤ થી ਪਹਿਲੇ ਹੀ ਮਾਰ ਦਿੱਤੀ ਸੀ ਮੌਤ ਨੂੰ ਪਸਮ ਕਰਕੇ ਉਸ ਉੱਪਰ ਜਿੱਤ ਦੀ ਖੁਸ਼ੀ ਵਿੱਚ ਨਚਾਈ ਪੁਰਾਣੀਆਂ ਸਭ ਬਾਤਾਂ ਰਦੀ ਕਰ ਦਿੱਤੀਆਂ ਇੱਕ ਨਵੀਂ ਬਾਤ ਦਾ ਆਦ ਕੀਤਾ ਹਾਂਜੀ ਪੂਰਬ ਪੱਛਮ ਉੱਤਰ ਦੱਖਣ ਵਿੱਚ ਆਦ ਕੀਤਾ ਜੇ ਹਾਲੇ ਇਸ ਨਵੀਂ ਗੁਰਨਾਨਕ ਗੋਬਿੰਦ ਸਿੰਘ ਸਭਿਆਤਾ ਦਾ ਲੋਕਾਂ ਨੂੰ ਪਤਾ ਨਹੀਂ ਲੱਗਦਾ ਤਾਂ ਕੀ ਹੋਇਆ ਜੇ ਹਾਲੇ ਸਿੱਖ ਨਾਮ ਵਾਲਿਆਂ ਨੂੰ ਵੀ ਖਬਰ ਨਹੀਂ ਤਾਂ ਕੀ ਹੋਇਆ ਹੁਣੇ ਲੱਗ ਜਾਸੀ ਆਪਣੀ ਗਾਉਂ ਨੂੰ ਲੱਗ ਜਾਸੀ ਉਹ ਸਾਹਮਣੇ ਤੱਕੋ ਨਾ ਸਾਰਾ ਜਗਤ ਨਾਨਕ ਗੋਬਿੰਦ ਸਿੰਘ ਸਭਿਆਤਾ ਨੂੰ ਲੋੜਦਾ ਹੈ ਉਹ ਨਾਨਕ ਨਿਰੰਕਾਰ ਦੀ ਸ਼ਰਨ ਆਏ ਉਹ ਤਕੋ ਨਾ ਕਲਗੀਆਂ ਵਾਲੇ ਦੇ ਅਕਾਲੀ ਝੰਡੇ तले ਕੌਣ ਆਏ ਹਾਂਜੀ ਲੋਕ ਪਰਲੋਕ ਦੇ ਸਾਰੇ ਆਏ ਹਾਂਜੀ ਉਪਰੀਤ ਦੀ ਭੁੱਖੀ ਸਿੱਖੀ ਨੂੰ ਤਰਸਦੀ ਸਾਰੀ ਲੋਕਾਈ 도ੜੀ 도ੜੀ ਆਈ ਸਤਗੁਰ ਨਾਨਕ ਜੀ ਨੇ ਗੁਰਮੁਖੀ ਜੀਵਨ ਬਣਾ ਕੇ ਅਰਸ਼ ਤੇ ਫਰਸ਼ ਦਾ ਫਰਕ ਮਿਟਾਇਆ ਸ਼ਰੀਰ ਆਤਮਾ ਦੇ ਭੇਦ ਉਡਾਏ ਮਨੁੱਖਾ ਦੇ ਆਪਣੀ ਪ੍ਰੀਤ ਦਾ ਮੰਦਰ ਬਣਾ ਨਿਵਾਜਿਆ ਮੰਦਰ ਆਪਣੇ ਵਿੱਚ ਤੇ ਆਪ ਨੂੰ ਮੰਦਰ ਵਿੱਚ ਸਾਜਿਆ ਧੰਨ ਮੇਰੇ ਸਤਗੁਰ ਪਰਉਪਕਾਰੀ ਜੀਓ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲੇਹੋ ਮਿਲਾਏ ਮੈਂ ਜਾਚਕ ਦੀ ਜੈ ਨਾਮ ਹਰ ਜਿਸ ਗੱਲ ਦੀ ਥਾਂ ਆਸਾ ਤ੍ਰਿਸ਼ਨਾ ਵਿੱਚ ਲੋਕੀ ਮਨੁੱਖਾ ਦੇ ਨੂੰ ਮਾਰ ਮਾਰ ਸਾੜ ਸਾੜ ਚੀਰ ਚੀਰ ਨਪੀਣ ਨਪੀਣ ਮੋਏ ਉਹ ਸੱਚ ਦੀ ਲੋ ਉਪਰ ਦੀ ਜੋਤ ਉਹ ਸਚਖੰਡੀ ਸਵਾਸ ਰਸ ਮਾਤ ਲੋਕੀ ਜੀਵਨ ਵਿੱਚ ਇੱਥੇ ਹੀ ਪਰ ਦਿੱਤ ਉਰੇ ਨੂੰ ਪਰੇ ਕਰ ਦਿੱਤਾ ਪਰੇ ਨੂੰ ਉਰੇ ਕਰ ਦਿੱਤਾ ਦੂਰ ਨੂੰ ਨੇੜੇ ਕਰ ਦਿੱਤਾ ਨੇੜੇ ਨੂੰ ਦੂਰ ਕਰ ਦਿੱਤਾ ਮੈਨੂੰ ਤੂੰ ਹਾਂਜੀ ਆਪ ਕਰ ਦਿੱਤਾ ਤੇ ਆਪ ਨੂੰ ਮੈਂ ਮੇਰੀ ਕਰ ਦਿੱਤਾ ਮੌਤ ਫੌਤ ਉਡਾ ਦਿੱਤੀ ਕਿਹ ਨਕਤ ਗਫੇ ਆਣ ਵਰਤਾਏ ਉਹ ਜੀਵਨ ਜਿਸ ਨੂੰ ਦੂਰ ਥੀ ਦਸਣ ਵਾਸਤੇ ਮਨੁੱਖਾ ਜੀਵਨ ਦੀ ਜੜ ਪੁੱਟ ਦਿੱਤੀ ਹੱਠ ਯੋਗ ਕਰਾ ਕਰਾ ਸਾੜ ਸੁਟੀ ਬਿੰਦ ਰਖਾ ਰਖਾ ਅਨੰਤ ਨਏ ਪਾਪਾਂ ਦਾ ਆਦ ਕੀਤਾ ਮਰਦਾਂ ਥੀ ਅਮਰਦ ਬਣਾ ਕਾਟੇ ਰੱਬ ਨੇ ਕੰਨ ਦਿੱਤੇ ਇਹਨਾਂ ਪੜਵਾ ਦਿੱਤੇ ਰੱਬ ਨੇ ਕੇਸ ਦਿੱਤੇ ਇਹਨਾਂ ਮਨਵਾ ਦਿੱਤੇ ਰੱਬ ਨੇ ਰਸਨਾ ਦਿੱਤੀ ਇਹਨਾਂ ਮੂੰਹ ਕਰ ਦਿੱਤੀ ਰੱਬ ਨੇ ਸ਼ਰੀਰ ਦਿੱਤਾ ਇਹਨਾਂ ਖਾਕ ਰੁਲਾਇਆ ਰੱਬ ਨੇ ਸਾਰਾ ਸੰਸਾਰ ਦਿੱਤਾ ਇਤਨੇ ਰਸ ਦਿੱਤੇ ਫਲ ਫੁੱਲ ਦਿੱਤੇ ਇਹਨਾਂ ਨੇ ਕੂੜੇ ਤਿਆਗਾ ਨਾਲ ਮਨੁੱਖ ਕੋਲੋਂ ਸਭ ਖੋਲੇ ਮੈਨੂੰ ਮੁੜਮੁੜ ਹੱਸੀ ਆਉਂਦੀ ਹੈ ਜਦ ਮੈਂ ਦੇਖਦਾ ਹਾਂ ਕਿ ਬੁੱਧ ਤੇ ਈਸਾ ਤੇ ਸ਼ੰਕਰ ਦੇ ਬਿੰਦਰਖ ਸੰਗਤਿਆਂ ਨੇ ਆਪਣੇ ਪੀਰਾਂ ਕੋਲੋਂ ਖੂਬ ਬਦਲੇ ਲਏ ਇਨ੍ਹਾਂ ਜਤਿਆਂ ਸੰਗਤ ਨੇ ਉਹ ਪਾਪ ਚਲਾਏ ਜਿਨ੍ਹਾਂ ਦਾ ਨਾਮ ਸੁਣ ਸਧਾਰਨ ਆਦਮੀ ਕੰਬ ਉਠੇ ਯੋਗੀਆਂ ਨੇ ਪਾਪ ਦੀ ਜੜ ਮਨੁੱਖਾ ਦੇਹੀ ਹੀ ਕਾਟ ਕੂਟ ਪਰੇ ਢਾਰੀ ਸਦੀਆਂ ਦੇ ਸਮਾਂ ਢੜੇ ਲੱਗ ਗਏ ਧਿਆਨ ਵਿੱਚ ਜੁੜੇ ਹੋਏ ਵਹਿਲ ਯਾਨੀ ਸੁਨ ਦਾ ਧਿਆਨ ਕੀਤਾ ਖੁੱਲ ਦਾ ਧਿਆਨ ਹੋਇਆ ਸੰਨਿਆਸੀਆਂ ਨੇ ਕੇਸ ਮੁੰਨੇ ਤੇ ਗੋਰਖ ਜੋਗੀਆਂ ਨੇ ਦੇਹੀ ਹੀ ਸਾਰੀ ਮਨ ਮਨ ਸਫਾ ਚਟ ਕੀਤੀ ਭਾਈ ਸ਼ੁੱਧ ਪਵਿੱਤਰ ਬ੍ਰਹਮ ਜੋ ਬਣਨਾ ਹੋਇਆ ਇਹ ਤਾਂ ਮਲਮੂਤਰ ਦੀ ਲੋਥ ਹੋਈ ਰਬ ਜੀਵਨ ਦੀਆਂ ਉਮੀਦਾਂ ਵਿੱਚ ਇਹਨਾਂ ਨੇ ਸਾਧਾਰਨ ਮਨੁੱਖੀ ਜੀਵਨ ਵੀ ਤਬਾਹ ਕਰ ਦਿੱਤਾ ਮੌਤ ਦੇ ਸਿਮਰਨ ਵਿੱਚ ਲੋਕੀਂ ਬੰਨ ਦਿੱਤੇ ਨਿਰਬਲਤਾ ਦਾ ਨਾਮ ਸਤੋ ਗੁਣ ਰੱਖਿਆ ਇੰਦਰੀਆਂ ਨੂੰ ਮਾਰ ਮੁਕਾਣ ਦਾ ਨਾਮ ਪੁਨ ਰੱਖਿਆ ਇਹ ਤਾਂ ਮਨੁੱਖਾ ਦੇਹੀ ਦਾ ਹਾਲ ਦੀਨ ਵਾਲਿਆਂ ਨੇ ਕੀਤਾ ਗੰਦੀਆਂ ਲੀਰਾਂ ਵਿੱਚ ਲਪੇਟਿਆ ਗੰਦੇ ਪਾਣੀ ਛਕਾਏ ਧੂਣਾ ਵਿੱਚ ਰੁਲਾਇਆ ਮੈਲੇ ਨਾਲ ਭਰ ਭਰੀ ਕੇ ਪਵਿੱਤਰਤਾ ਦਾ ਸਬੂਤ ਦਿੱਤਾ ਦੁਨੀਆwale ਜਿਹੜਾ ਇਸ ਦਾ ਹਾਲ ਕਰਦੇ ਹਨ ਉਹ ਤਾਂ ਇੱਥੇ ਦੱਸਣ ਦੀ ਲੋੜ ਨਹੀਂ ਹਰ ਕਿਸੇ ਨੂੰ ਪਤਾ ਹੀ ਹੈ ਵਿਸ਼ੇ ਵਿਕਾਰਾਂ ਵਿੱਚ ਖਰਾਬ ਕੀਤਾ ਖਾ ਖਾ ਕੇ ਡੱਕਿਆ ਕਾਮ ਕ੍ਰੋਧ ਲੋਭ ਮੋਹ ਦੀਆਂ ਅੱਗਾ ਸਾੜ-ਸਾੜ ਮਨੂਰ ਕੀਤਾ ਦੁਨੀਆwale ਗਏ ਦੀਨ ਵਾਲਿਆਂ ਕੋਲ ਆਪਣੇ ਪਾਪਾਂ થી ਬਚਣ ਵਾਸਤੇ ਤੇ ਦੀਨ ਵਾਲਿਆਂ ਨੇ ਕਢਾਈ ਵਿੱਚੋਂ ਕਢ ਵੱਡੇ ਕਢਾਏ ਤਤੇ ਤੇਲ ਵਿੱਚ ਪਾਏ हां जी दुनी वाले गए दीन वालों ਕੋਲ ਆਪਣੇ ਪਾਪਾਂ થી بچਣ ਵਾਸਤੇ ਤੇ ਦੀਨ ਵਾਲਿਆਂ ਨੇ ਕਢਾਈ ਵਿੱਚੋਂ ਕੱਢ ਵੱਡੇ ਕਢਾਏ ਤਤੇ ਤੇਲ ਵਿੱਚ ਪਾਇਆ हां जी ਇਸ ਮਨੁੱਖਾ ਦੇਈ ਨੂੰ ਸਤਗੁਰੂ ਨਾਨਕ ਜੀ ਨੇ ਆਣਨੇ ਵਾਜਿਆ ਮੇਰਾ ਦੋਹਾਂ ਤਲਵਾਰਾਂ ਵਾਲਾ ਸਤਗੁਰੂ ਆਇਆ ਇੱਕ ਮਾਰੀ ਦੀਨ ਨੂੰ ਦੂਜੀ ਚਲਾਈ ਦੁਨੀ ਨੂੰ ਤੇ ਮਨੁੱਖ ਦੇ ਨੂੰ ਬਚਾ ਲਿਆ ਫਿਰ ਦੁਹਰਾ ਦਈਏ ਹਾਂਜੀ ਇਸ ਮਨੁੱਖਾ ਦੇਹੀ ਨੂੰ ਸਤਗੁਰੂ ਨਾਨਕ ਜੀ ਨੇ ਆਣੇ ਵਾਜਿਆ ਮੇਰਾ ਦੁਹਾਂ ਤਲਵਾਰਾਂ ਵਾਲਾ ਸਤਗੁਰੂ ਆਇਆ ਇੱਕ ਮਾਰੀ ਦੀਨ ਨੂੰ ਦੂਜੀ ਚਲਾਈ ਦੁਨੀ ਨੂੰ ਤੇ ਮਨੁੱਖ ਦੇ ਨੂੰ ਬਚਾ ਲਿਆ ਮਨੁੱਖਾ ਦੇ ਨੂੰ ਦੁਰਲਭ ਦੱਸਿਆ ਤੇ ਹੁਕਮ ਕੀਤਾ ਕਿ ਨਾ ਇਹਨੂੰ ਦੁਨੀਆ ਦੀਆਂ ਕੂੜੀਆਂ ਪ੍ਰੀਤਾਂ ਵਿੱਚ ਤੇ ਨਾ ਦੀਨ ਦੀਆਂ ਕੂੜੀਆਂ ਰੀਤਾਂ ਵਿੱਚ ਨਸ਼ਟ ਕਰੋ ਦੀਨ ਦੁਨੀ ਦੋਹਾਂ થી ਛੁਡਾ ਮਨੁੱਖ ਨੂੰ ਆਪਣੇ ਖਾਲਸ ਰੂਪ ਵਿੱਚ ਖਾਲਸਾ ਸਜਾਇਆ ਅਦਭੁਤ ਪ੍ਰੀਤ ਮੂਰਤ ਬਣਾਈ ਦੀਨ ਦੇ ਸਦੀਆਂ ਦੇ ਕੁੱਟਿਆਂ ਨੂੰ ਅਮਰਦਾਨ ਦੇ ਜਵਾਲਿਆ ਹਾਂਜੀ ਨਗਾਰੇ ਦੀ ਚੋਟ ਹੁਕਮ ਹੋਇਆ ਕਿ ਜੀਵਦਿਆਂ ਨੂੰ ਡੜੇ ਦੀਨ ਦੁਨੀ ਦੋਹਾਂ ਦੀ ਲੋੜ ਨਹੀਂ ਖਾਲਸਾ ਖਾਲਸ ਰੱਖਿਆ ਫਿਰ ਦੁਰਾਦਈ ਮਨੁੱਖਾ ਦੇਹੀ ਨੂੰ ਦੁਰਲਭ ਦੱਸਿਆ ਤੇ ਹੁਕਮ ਕੀਤਾ ਨਾ ਇਹਨੂੰ ਦੁਨੀਆਂ ਦੀਆਂ ਕੂੜੀਆਂ ਪ੍ਰੀਤਾਂ ਵਿੱਚ ਤੇ ਨਾ ਦੀਨ ਦੀਆਂ ਕੂੜੀਆਂ ਰੀਤਾਂ ਵਿੱਚ ਨਸ਼ਟ ਕਰੋ ਦੀਨ ਦੁਨੀ ਦੋਹਾਂ થી ਛੁੜਾ ਮਨੁਖ ਨੂੰ ਆਪਣੇ ਖਾਲਸ ਰੂਪ ਵਿੱਚ ਖਾਲਸਾ ਸਜਾਇਆ ਅਦਭੁਤ ਪ੍ਰੀਤ ਮੂਰਤ ਬਣਾਈ ਦੀਨ ਦੇ ਸਦੀਆਂ ਦੇ ਕੁੱਠਿਆਂ ਨੂੰ ਅੰਮ੍ਰਿਤ ਧਾਨ ਦੇ ਜਵਾਲਿਆ ਹਾਂਜੀ ਨਗਾਰੇ ਦੀ ਚੋਟ ਹਕਮ ਹੋਇਆ ਕਿ ਜੀਵੰਦਿਆਂ ਨੂੰ ਡਰੇ ਦੀਨ ਦੁਨੀ ਦੋਹਾਂ ਦੀ ਲੋੜ ਨਹੀਂ ਖਾਲਸਾ ਖਾਲਸ ਰੱਖਿਆ ਹਾਂਜੀ ਤੱਕੋ ਨਾ ਬ੍ਰਿਜ ਬੂਟੇ ਨਦੀ ਪਹਾੜ ਨਾ ਈਸਾਈ ਨਾ ਮੁਸਾਈ ਨਾ ਹਿੰਦੂ ਨਾ ਮੁਸਲਮਾਨ ਨਾ ਦੀਨਦਾਰ ਨਾ ਕਾਫਰ ਆਪਣੇ ਰੱਬੀ ਚਿੰਨਾ ਵਿੱਚ ਸਜੇ ਖੜੋਤੇ ਹਨ ਆਦਮੀ ਨੇ ਕੀ ਕਸੂਰ ਕੀਤਾ ਹੈ ਜੋ ਲੋਹੇ ਤਪਾ ਤਪਾ ਦੀਨ ਨੇ ਇਸ ਦੇ ਸਿਰਾਂ ਮੱਥਿਆਂ ਬਾਹਾਂ ਨੱਕਾਂ ਕੰਨਾਂ ਤੇ ਸੱਤਲਿਆਂ ਤੇ ਮੋਹਰਾਂ ਲਾ ਦਿੱਤੀਆਂ ਸਤਗੁਰੂ ਨੇ ਹੁਕਮ ਕੀਤਾ ਇਹਦੇ ਰਬੀ ਹੱਥਾਂ ਨਾਲ ਸਜੀ ਹੈ ਕੋਈ ਚਿੰਨ ਨਾ ਲਾਓ ਜੋ ਜੋ ਰਬੀ ਦਾਤ ਹੈ ਉਸ ਨੂੰ ਸੰਵਾਰ ਕੇ ਰੱਖੋ ਸਜਾ ਕੇ ਰੱਖੋ ਹਾਂਜੀ ਖੂਬ ਸਜਾ ਕੇ ਰੱਖੋ ਬਣਾ ਤਣਾ ਕੇ ਰੱਖੋ ਜਿਹੜੀ ਚੀਜ਼ ਪ੍ਰੀਤਮ ਜੀ ਦੀ ਹੋਵੇ ਉਹਨੂੰ ਕਿਉਂ ਮਾੜਾ ਮਾੜਾ ਆਖ ਨਿਰਾਦਰ ਕਰਨਾ ਤੇ ਖਾਰ ਕਰਨਾ ਹੁਕਮ ਹੋਇਆ ਸਿੰਘਾਂ ਦੇ ਸ਼ਰੀਰ ਸਦਾ ਸਜੇ ਰਜੇ ਕਜੇ ਰਹਿਣ ਹਾਂਜੀ ਇਸ ਗੁਰਮੁਖ ਦੇ ਨੂੰ ਸਤਿਗੁਰ ਜੀ ਨੇ ਆਪ ਦਸਵੇਰੀ ਧਾਰਨ ਕਰਕੇ ਸਦਾ ਲਈ ਨਿਵਾਜ ਦਿੱਤਾ ਮੈਨੂੰ ਇਹ ਦੇ ਪਿਆਰੀ ਲੱਗਦੀ ਹੈ ਹਾਂਜੀ ਅੰਗ ਅੰਗ ਪਿਆਰਾ ਲੱਗਦਾ ਹੈ ਹਾਂਜੀ ਅੰਗ ਅੰਗ ਪੋਟਾ ਪੋਟਾ ਹਰੀ ਮੰਦਰ ਦੀਆਂ ਸੰਗੇ ਮਰਮਰ ਦੀਆਂ ਪੌੜੀਆਂ ਤੇ ਫਰਸ਼ ਦਿਸਦੇ ਹਨ ਮੱਥਾ ਟੇਕਣ ਤੇ ਸਦਾ ਜੀ ਕਰਦਾ ਹੈ ਇਹ ਉਹ ਦੇਹ ਹੈ ਜਿਹਨੂੰ ਮੇਰੇ ਬਾਬੇ ਨੇ ਦਸ ਵੇਰੀ ਧਾਰਨ ਕੀਤਾ ਹਾਂਜੀ ਇਹ ਉਹ ਦੇਹ ਹੈ ਜਿੱਥੇ ਬਾਬਾ ਜੀ ਹਾਂਜੀ ਕਲਗੀਆਂ ਵਾਲੇ ਫੇਰਾ ਪਾਪਾ ਆਪਣੀਆਂ ਗੁਰਮੁਖੀ ਸੰਗਤਾਂ ਭਗਤਾਂ ਨੂੰ ਲੂ ਲੂ ਹੁਣ ਵੀ ਆਪ ਨਿਹਾਲ ਕਰਦੇ ਹਨ ਮਨੁੱਖਾ ਦੇਹੀ ਸੋਹਣੀ ਕਰ ਦਿੱਤੀ ਦੁਨੀਆ ਸਵਾਰ ਦਿੱਤੀ ਅੰ ਵਿੱਚ ਸਵਾਦ ਭਰ ਦਿੱਤਾ ਜਲ ਵਿੱਚ ਰਸ ਪਰ ਦਿੱਤਾ ਸ਼ਰੀਰ ਦੀਆਂ ਸਾਰੀਆਂ ਕਿਰਿਆਵਾਂ ਪਵਿੱਤਰ ਕਰ ਦਿੱਤੀਆਂ ਗ੍ਰਸਤੀਆਂ ਹਾਂ ਨਿਰਵਾਣ ਗ੍ਰਸਤੀਆਂ ਦੀਆਂ ਝੋਲੀਆਂ ਦੁੱਧਾਂ ਪੁੱਤਰਾਂ ਨਾਲ ਪਰ ਦਿੱਤੀਆਂ ਰਾਜ ਭਾਗ ਬਖਸ਼ੇ ਅਟਲ ਸੁਹਾਗ ਬਖਸ਼ੇ ਦੁਨੀਆਂ ਇਉਂ ਸਵਾਰੀ ਤੇ ਅੰਦਰਲੇ ਮਨੁੱਖ ਨੂੰ ਉਹ ਮਨੁੱਖ ਜਿਹੜਾ ਦਿਸਦਾ ਨਹੀਂ ਉਸ ਨੂੰ ਦੁਨੀ ਦੀਨ ਦੋਹਾਂ ਦੇ ਕੂੜੇ ਲਾਲਚਾਂ ਖਿੱਚਾਂ 모ਹਾਂ થી ਕਢ ਆਪਣੀ ਸੂਰਤ ਦੁਆਰਾ ਆਪਣੇ ਚਰਨਾ ਨਾਲ ਖਿੱਚ ਬੱਦ। ਫਿਰ ਦौरा दइए ਰਾਜ ਭਾਗ ਬਖਸ਼ੇ ਅਟਲ ਸੁਹਾਗ ਬਖਸ਼ੇ ਦੁਨੀਆ ਇਉਂ ਸਵਾਰੀ ਤੇ ਅੰਦਰਲੇ ਮਨੁੱਖ ਨੂੰ ਉਹ ਮਨੁੱਖ ਜਿਹੜਾ ਦਿਸਦਾ ਨਹੀਂ ਉਸ ਨੂੰ ਦੁਨੀ ਦੀਨ ਦੋਹਾਂ ਦੇ ਕੂੜੇ ਲਾਲਚਾਂ ਖਿੱਚਾਂ ਮੋਹਾਂ થી ਕਢ ਆਪਣੀ ਸੂਰਤ ਦੁਆਰਾ ਆਪਣੇ ਚਰਨਾ ਨਾਲ ਖਿੱਚ ਬੱਦਾ ਹੁਣ ਇਹੋ ਜੀਆਂ ਗੰਡਾਂ ਪਈਆਂ ਜਿਨ੍ਹਾਂ ਦੇ ਜੋੜ ਧੁਰੀ ਜਾ ਲਗੇ ਮੂਹ ਲਾਲਨ ਸਿਓ ਪ੍ਰੀਤ ਮਣੀ ਤੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾ ਦੋ ਖਿੰਚਤਨੀ ਦੀਨ ਦੁਨੀਆ ਦੋਹਾਂ ਨੂੰ ਉਡਾ ਕੇ ਸਤਸੰਗ ਰਜਿਆ ਸਤਸੰਗ ਵਿੱਚ ਸਚਖੰਡ ਰਜਿਆ ਸਚਖੰਡ ਵਿੱਚ ਆਪ ਸਦਾ ਲਈ ਬਿਰਾਜਮਾਨ ਹੋਏ ਸਚਖੰਡ ਉਹ ਆਈ ਜਿੱਥੇ ਸਤਗੁਰੂ ਹੋਮ ਪਦਾਰਥਕ ਦੂਰ ਨੇੜੇ ਦੂਰ ਹੋਏ ਪਦਾਰਥ ਦਿਨ ਰਾਤ ਕਾਫੂਰ ਹੋਏ ਇੱਕ ਨਾਨਕ ਨੂਰੀ নূর ਨਾਲ तन मन अन तांजी जान नाल जहान पर पूर हो मस्कन प्रेम की रही जो अंबर छाए बीदे बादे कमल में पवर रहे लपटाए वाहेगुरु जी का खालसा वाहगुरु जी की फतेह